ਬਿਹਾਰ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬਿਹਾਰ ਤੇ ਝਾਰਖੰਡ ਦੌਰੇ ਤੇ ਰਹਿਣਗੇ। ਇਸ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਬਿਹਾਰ 'ਚ ਮੋਦੀ ਗੰਗਾ ਨੂੰ ਨਿਰਮਲ ਬਣਾਉਣ ਦੇ ਪ੍ਰੋਗਰਾਮ ਤਹਿਤ ਪਟਨਾ, ਬਾਰਡ, ਸੁਲਤਾਨਗੰਜ ਤੇ ਨੌਗਸ਼ਿਆ 'ਚ ਸੀਵਰੇਜ ਨਾਲ ਜੁੜੀਆਂ ਬੁਨਿਆਦੀ ਢਾਂਚੇ ਦਾ ਨੀਂਹ ਪੱਥਰ ਰੱਖਣਗੇ। ਅਰਜਨਟੀਨਾ ਦੇ ਰਾਸ਼ਟਰਪਤੀ 3 ਦਿਨਾਂ ਭਾਰਤ ਦੌਰੇ ਤੇ। ਅਰਜਨਟੀਨਾ ਦੇ ਰਾਸ਼ਟਰਪਤੀ ਮਾਰਸ਼ੀਆ ਮੈਕਰੀ 3 ਦਿਨਾਂ ਯਾਤਰਾ ਤੇ ਐਤਵਾਰ ਨੂੰ ਭਾਰਤ ਪਹੁੰਚਣਗੇ। ਆਪਣੀ ਯਾਤਰਾ ਦੌਰਾਨ ਉਹ ਅਰਥ ਵਿਵਸਥਾ, ਪਰਮਾਣੂ ਤਕਨੀਕੀ ਅਤੇ ਪੁਲਾੜ ਵਰਗੇ ਅਹਿਮ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਅਮਿਤ ਸ਼ਾਹ ਅੱਜ ਲਖੀਮਪੁਰ ਦੌਰੇ 'ਤੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਲਖੀਮਪੁਰ ਦੌਰੇ 'ਤੇ ਰਹਿਣਗੇ। ਉਹ ਦੁਪਹਿਰ 12 ਵਜੇ ਇੱਥੇ ਪਹੁੰਚਣਗੇ ਅਤੇ ਵਰਕਰਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਗੁਹਾਟੀ ਲਈ ਉਡਾਣ ਭਰਨਗੇ। ਉੜੀਸਾ ਦੌਰੇ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ। ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਉੜੀਸਾ ਦੇ ਦੌਰੇ 'ਤੇ ਰਹਿਣਗੇ। ਇੱਥੇ ਉਹ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਦੱਸ ਦਈਏ ਕਿ ਅਸਾਮ ਇੱਕ ਨਕਸਲੀ ਪ੍ਰਭਾਵਿਤ ਸੂਬਾ ਹੈ, ਜਿੱਥੇ ਉਹ CRPF ਜਵਾਨਾਂ ਨਾਲ ਸੁਰੱਖਿਆ ਵਿਵਸਥਾ 'ਤੇ ਚਰਚਾ ਕਰ ਰਹੇ ਹਨ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।